ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਸਵਾਗਤ ਹੈ ਜੀ ਬਲੌਗ 'ਚ। ਬਾਕੀ ਚੱਲੇ ਹਾਂ ਬਾਈ ਅੱਜ ਗੁਰਦੁਆਰੇ ਅਤੇ ਬਾਰਵਾਂ ਗੁਰਦੁਆਰੇ ਹੈਗਾ ਨਗਰ ਕੀਰਤਨ ਗੁਰਦੁਆਰਾ ਸਾਹਿਬ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਪਿੱਛੇ ਮਿਲੋ ਜੀ ਹਰਜੀਤ ਨੂੰ। ਸਤਿ ਸ੍ਰੀ ਅਕਾਲ ਜੀ, ਕਿੱਦਾਂ ਜੀ ਬਾਈ? ਵਧੀਆ ਵਧੀਆ, ਠੀਕ ਹੈ ਠੀਕ ਠਾਕ। ਅਤੇ ਬਾਕੀ ਬਾਈ ਚੱਲਦੇ ਹਾਂ ਨਗਰ ਕੀਰਤਨ ਨੂੰ, ਅਤੇ ਅਸੀਂ ਜਾਣਾ ਉੱਥੇ ਵੀ ਤਾਂ ਕਰਮੋਨੇ ਦਾ ਪਹਿਲਾਂ ਨਾ ਕਰਮੋਨੇ ਦਾ ਜਾਏ ਤੇ ਅਸੀਂ ਨਹੀਂ ਪਹਿਲਾਂ ਜਿੱਥੇ ਉਦੋਂ ਛੁੱਟੀ ਨਹੀਂ ਮਿਲੀ ਫਿਰ। ਹੈਲੋ ਲੋ ਬਾਈ, ਅੱਜ ਵੀ ਛੁੱਟੀ ਹੈ ਨਹੀਂ ਤੇ ਅਸੀਂ ਨਵਲਾਰੇ ਜਾਣਾ ਤਾ ਉਦਣ ਯਾਦ ਨਹੀਂ ਹੋਇਆ, ਉੱਥੇ ਵੀ ਛੁੱਟੀ ਕੈਂਸਲ ਹੋ ਗਈ। ਬੰਦਾ ਇੱਕ ਛੁੱਟੀ ਕਰ ਗਿਆ ਪੱਕੀ, ਉਹਦੇ ਕਰਕੇ ਫਿਰ ਔਖਾ ਹੋ ਗਿਆ। ਅਤੇ ਹੁਣ ਸੁਰਜੀਤ ਵੀ ਬਾਈ ਆਪਣੇ ਨਾਲੇ ਕੰਮ ਕਰਦਾ, ਤੁਸੀਂ ਦੇਖਿਆ ਹੀ ਇਸ ਸਾਲੇ ਪਿਛਲੇ ਬਲੌਗ ਵਾ। ਅਤੇ ਬਾਕੀ ਚੱਲਦੇ ਹਾਂ ਅੱਜ ਨਗਰ ਕੀਰਤਨ ਪਰਮਾ ਸਿੰਘ ਸਭਾ ਗੁਰਦੁਆਰਾ, ਜਿੱਥੇ ਆਪਾਂ ਹਰੇਕ ਐਤਵਾਰ ਨੂੰ ਜਾਂਦੇ ਹਾਂ। ਬਾਕੀ ਦਿਖਾਉਂਦੇ ਹਾਂ ਜੀ ਉੱਥੇ ਜਾ ਕੇ ਨਗਰ ਕੀਰਤਨ, ਸੰਗਤ ਦਾ ਠਾਠਾ ਮਾਰਦਾ ਇਕੱਠ ਉੱਥੇ ਵੀ ਹੋਊਗਾ। ਬਾਕੀ ਚੱਲਦੇ ਜੀ ਥੋੜੀ ਕਰਮੋਨੇ ਜਗ੍ਹਾ ਬਹੁਤ ਹੀ ਇੱਥੇ ਗੁਰਦੁਆਰਾ ਜਗ੍ਹਾ ਘੱਟ ਜੀ ਬਾਈ। ਨਿਊਟਰੀ ਕੁਝ ਜ਼ਿਆਦਾ ਲਾਇਆ ਵਾ ਲੰਗਰ, ਅਤੇ ਉੱਧਰ ਉਹ ਗੁੱਡੀਆਂ ਜ਼ਿਆਦਾ ਲਾਇਆ ਵਾ, ਅਤੇ ਨਗਰ ਕੀਰਤਨ ਦੀ ਤਿਆਰੀਆਂ ਵਾ ਤੁਰਨੇ ਜੀ ਉਰੇ ਤੋਂ। ਵਧੀਆ ਹੋਇਆ ਗੁਲਚੇ ਵਾਹਿਗੁਰੂ ਜੀ, ਗੁਲਚੇ ਵਾਹਿਗੁਰੂ ਜੀ। ਨਿਊਟਰੀ ਕੁਲਚੇ ਚੱਲਦੇ ਆ, ਪਹਿਲਾਂ ਅਸੀਂ ਪਲੇਟਾਂ ਚ ਪਾ ਕੇ ਰੱਖੇ ਤੇ ਚੱਲੇ ਨੀ, ਤੇ ਹੁਣ ਭਰ ਕੇ ਚੱਲੀ ਆ ਪਾਨੀ। ਵਧੀਆ ਚੱਲਦਾ ਹੁਣ ਲੰਗਰ, ਪਹਿਲਾਂ ਡੋਮ ਜਾਂਦਾ ਕੰਮ। ਨਿਊਟਰੀ ਕੁਲਚੇ ਜੀ, ਨਿਊਟਰੀ ਕੁਲਚੇ ਪਾਨੀਆਂ ਭਰ ਕੇ ਬਈ ਚੱਲਦੀਆਂ। ਨਿਊਟਰੀ ਕੁਲਚੇ ਜੀ, ਨਗਰ ਕੀਰਤਨ ਦੀ ਸ਼ੁਰੂਆਤ ਹੋ ਗਈ ਤੇ ਵਿਸਾਖੀ ਦੇ ਤਿਉਹਾਰ ਚ ਕੱਢਿਆ ਜਾ ਰਿਹਾ ਸੀ ਨਗਰ ਕੀਰਤਨ ਦੀ ਤਿਆਰੀ ਹੈ। ਬਾਕੀ ਵਾਹਿਗੁਰੂ ਵਾਹਿਗੁਰੂ।
ਇੱਧਰ ਬਾਈ ਲੰਗਰ ਲਾਇਆ ਵਾਲੀ ਕੁਲਚਿਆਂ ਦਾ ਜੇ ਵਡ ਤੂੰ ਹੈ ਪਾਰ ਸਭ ਤੱਕ
ਲੋ ਜੀ ਬਈ, ਅਸੀਂ ਨਗਰ ਕੀਰਤਨ ਤੇ ਚੱਲੇ ਘਰ ਨੂੰ, ਤੇ ਬਾਕੀ ਅਸੀਂ ਜਾਣਾ ਕੰਮ ਪਰ, ਮੈਨੂੰ ਮਨਦੀਪ ਬਾਈ ਨੂੰ ਤੇ ਹਰਜੀਤ ਪਿੱਛੇ ਬੈਠਾ। ਹਰਜੀਤ, ਆਪਾਂ ਨੇ ਬਾਈ ਜਾਣਾ ਕੰਮ ਪਰ, ਅਸੀਂ 2 ਵਜੇ ਚੁਆਈ ਪਰ ਲੱਗਣਾ, 2:30 ਵਜੇ ਤੇ 1:30 ਵਜੇ ਤੇ ਹੁਣ ਸਾਡੀ ਵਾਪਸੀ ਆ, ਤੇ ਨਗਰ ਕੀਰਤਨ ਦਾ 4-5 ਵਜੇ ਤੱਕ ਹਲੇ ਚੱਲਣਾ ਦਾ ਕੰਮ, ਤੇ ਉਹਦੇ ਕਰਕੇ ਹੁਣ ਆਪਾਂ ਚੱਲੇ। ਸਾਨੂੰ ਛੁੱਟੀ ਨੀ ਸੀ, ਛੁੱਟੀ ਬਾਈ ਮੇਰੀ ਹੈਗੀ ਸੀ, ਅੱਜ ਸ਼ਨੀਵਾਰ ਦਾ ਦਿਨ ਆ, ਤੇ ਆਪਣੇ ਨਾਲ ਭਾਜੀ ਕੰਮ ਕਰਦੇ ਆ, ਫੈਮਿਲੀ ਆ, ਫੈਮਿਲੀ ਕਰਕੇ ਨਿਆਣੇ ਨੂੰ ਲੈ ਕੇ ਆਉਣਾ ਨਗਰ ਕੀਰਤਨ ਉਹਨਾਂ ਨੇ, ਉਹਦੇ ਕਰਕੇ ਫਿਰ ਆਪਾਂ ਨੇ ਛੁੱਟੀ ਉਹਦੇ ਨਾਲ ਬਦਲ ਲਈ। ਬਾਕੀ ਹੁਣ ਚੱਲਦੇ ਆ ਹਸਪਤਾਲੇ ਚ, ਹੋਰ ਉੱਥੇ ਛੁੱਟੀ ਉਹ ਕਰਦੇ ਇੰਜੋਏ, ਦੁਬਾਰਾ ਫਿਰ ਧੱਕੇ ਲਾਉਂਦੇ ਜਾ ਕੇ। ਲੋ ਜੀ ਬਾਈ, ਇਹ ਆ ਬੋਕਸ ਦੀਆਂ ਤਾਜ਼ੀਆਂ ਪਈਆਂ ਹੋਈਆਂ ਮੱਛੀਆਂ, ਤੇ ਇੱਧਰ ਗਏ ਆ ਜਿੱਥੇ ਸੀਨੀਆਂ ਸਾਹਮਣੇ, ਤੇ ਇੱਥੋਂ ਮੱਛੀਆਂ ਚੱਕ ਕੇ ਇੱਥੇ ਰੱਖਦੇ ਆ। ਹੀਟ ਵੀ ਲਾਈ ਹੋਈ ਨਾ, ਜਿਆਦਾ ਠੰਡ ਹੁੰਦੀ ਆ ਤਾਂ ਆ ਬੰਦ ਕਰਕੇ ਹੀਟਰ ਚਲਾ ਦਿੰਦੇ ਹਾਂ। ਤੇ ਆ ਇਹਨਾਂ ਦੀ ਗੱਡੀ ਤਰੇਲੋ, ਇਹਦੇ ਚ ਲੱਦ ਕੇ ਲਿਆਉਣੇ ਹੁੰਦੇ ਬਾਈ। ਇੱਧਰ ਫੀਲਰ ਟੈਂਕਰ, ਸਪੇਤੇ ਦਾ ਬਟਨ ਚੱਲ ਪਿਆ। ਉਧਰ ਤੇ ਖਿੱਚਦੀ ਆਉਂਦੀ ਆ ਰਸਪੇਤੇ ਨੂੰ, ਉਹ ਆਉਂਦਾ ਪਰਲੇ ਪਾਸੇ ਤੇ ਇੱਧਰ ਨੂੰ ਘੁੰਮ ਕੇ ਉੱਥੇ ਜਾਂਦੀ ਚੈਨ, ਉਹ ਉੱਧਰ ਤੇ ਤੁਰਨ ਲੱਗ ਗਈ। ਤੇ ਆਹ ਸੋਨੇ ਵਾਲੀਆਂ ਗਾਇਆ ਬਾਈ ਸਾਰੀਆਂ, ਆਹ ਰੋਡ ਚ ਉੱਧਰ ਵਾਲੀ ਪੂਰਾ ਗਰੁੱਪ ਇਹ ਗੇਟ ਸਾਡੇ ਗੇਟ ਚ ਗਿਆ ਹੋਣੀ, ਜਿਹੜੀ ਸੋਨੇ ਵਾਲੀ ਆ, ਜਿਨ੍ਹਾਂ ਦਾ ਥੋੜਾ ਟਾਈਮ ਰਹਿ ਗਿਆ ਸੋਨੇ 2-4 ਦਿਨ, ਉਹ ਮੂਹਰੇ ਆ, ਉਹ ਕਿਸੇ ਲੀਕ ਲੱਗੀ ਵੀ ਕਰਦੇ ਉੱਤੇ ਮੂਹਰੇ ਹੈਗੇ ਆ, ਜਿਨ੍ਹਾਂ ਦਾ ਥੋੜਾ ਦਿਨ ਰਹਿ ਗਏ ਉੱਧਰ ਹੀ, ਅੱਧੀਆਂ ਇਹਨਾਂ ਨੇ 5-4 ਦਿਨ ਲੈਣੇ ਬਸ ਉਹਨਾਂ ਨੇ, ਬਾਕੀ ਜਿਨ੍ਹਾਂ ਦਾ ਟਾਈਮ ਰਹਿੰਦਾ 20 ਦਿਨ ਦਾ ਉਹ ਪਿੱਛੇ ਆ, 210 ਦਿਨ ਦੀ ਗਏ ਬਾਈ, ਛੱਡ ਦਿੰਦੇ ਆ ਇਹ ਦਵਾਈ ਤਾਂ 210 ਦਿਨ ਛੁੱਟੇ ਕਰ ਦਿੰਦੇ, ਹੜ ਬੰਦ ਕਰ ਦਿੰਦੇ ਉਹਦੇ।